ਕਿਉਂਕਿ ਨਸ਼ਾ ਕਰਕੇ ਜਰੂਰ ਬੰਦੇ ਦੇ ਦਿਮਾਗ 'ਚ ਇਹ ਚੀਜ਼ਾਂ ਹੁੰਦੀਆਂ ਵੀ ਕਰਦਿਆਂ ਨਾਲ ਧੋਖਾ ਜਾਂ ਜਿਵੇਂ ਤੁਸੀਂ ਕਹਿੰਦੇ ਮੈਨੂੰ ਡੈਡੀ ਦੀ ਸੱਟ ਏਡੀ ਲੱਗੀ ਉਹ ਚੀਜ਼ ਉਦੋਂ ਯਾਦ ਆਉਂਦੀ ਸੀ ਪਰ ਜਦੋਂ ਸਵੇਰ ਉੱਠੀਦਾ ਸੀ ਮਤਲਬ ਵੀ ਤੋੜ ਲਾ ਲਓ ਜਾਂ ਵੀ ਨਸ਼ੇ ਦੀ ਤਾਂ ਖਿੱਚ ਹੁੰਦੀ ਸੀ ਉਦੋਂ ਨਹੀਂ ਕੁਝ ਯਾਦ ਰਹਿੰਦਾ ਸੀ ਉਹ ਸਿਰਫ ਨਸ਼ਾ ਹੁੰਦਾ ਸੀ ਸਾਹਮਣੇ ਵੀ ਯਾਰ ਨਸ਼ਾ ਕਰਨਾ ਤੇ ਬਾਕੀ ਜਿੱਦਾਂ ਡੈਡੀ ਦੀ ਡੈਥ ਹੁੰਦੀ ਆ ਉਦੋਂ ਵੀ ਇੱਕ ਬਹਾਨਾ ਲਾ ਲਓ ਵੀ ਰਿਸ਼ਤੇਦਾਰ ਇਕੱਠੇ ਹੋਣਾ ਸ਼ੁਰੂ ਹੋ ਗਏ ਪਤਾ ਲੱਗਿਆ ਮੈਨੂੰ ਇਹ ਮੈਨੂੰ ਐ ਹੋ ਗਿਆ ਵੀ ਚਲ ਨਸ਼ੇ ਦੀ ਪੂਰਤੀ ਕਰਾਂ ਆਉਂਦੇ ਵੀ ਬਹਾਨਾ ਜਾਂ ਹੈਗਾ ਬਹਾਨਾ ਬਣਾ ਲਿਆ ਵੀ ਮੇਰਾ ਵੀ ਡੈਡੀ ਦੀ ਮੌਤ ਹੋ ਗਈ ਰਿਸ਼ਦਾਰ ਕੋਈ ਇੱਕ ਦਾ ਕੋਈ ਪੋਸਟ ਖਾਂਦਾ ਸੀਗਾ ਉਹ ਤੋਂ ਫੜ ਕੇ ਖਾ ਲਿਆ ਵੀ ਬਲੱਡ ਨਾ ਇਹ ਹੋ ਜੇ ਵਧ ਨਾ ਜਾਵੇ ਐ ਜਾਉ ਕੋਈ ਨਾਲ ਦੇ ਪਿੰਡ ਕੋਈ ਸੱਜਣ ਬੇਲੀ ਉਹਨੂੰ ਕਹਦਾ ਸਮਾਨ ਲਵਾ ਦੇ ਮੈਨੂੰ ਵੀ ਮੇਰੇ ਯਾਦ ਨਹੀਂ ਡੈਡੀ ਦਾ ਚਿਹਰਾ ਉਦਦੇ ਵੀ ਕਿਵੇਂ ਸੀ ਕਿਵੇਂ ਨਹੀਂ ਕਿਉਂਕਿ ਅਰਥ ਹੀ ਮੋਢਾ ਮੈਂ ਨਸ਼ੇ ਚ ਹੀ ਦਿੱਤਾ ਡੈਡੀ ਦੀ ਅਰਥ ਚੱਕੀ ਆ ਜਦੋਂ ਵੀ ਕਰਦਿਆਂ ਨੂੰ ਤਾਂ ਵੀ ਸਾਰੇ ਰਿਸ਼ਦਾਰਾਂ ਨੂੰ ਆਏ ਵੀ ਆਰ.ਟੀ.ਵੀ ਕਰੇ ਪਈ ਐ ਹੂੰ ਹੂੰ ਤੇ ਮੈਂ ਬਾਹਰ ਅੰਦਰ ਆਦਾ ਨਸ਼ੇ ਦਾ ਕਰਦਾ ਫਿਰ ਹੂੰ ਬਾਹਰ ਨਿਕਲ ਕੇ ਫੋਨ ਲਾ ਕੇ 70 ਵਿਸ਼ਾ ਸੀ ਤੁਹਾਨੂੰ ਨਸ਼ੇ ਦੀ ਸੀ ਕਰਦੇ ਵਿੱਚ 70 ਵਿਸ਼ਾ ਤੇ ਮੈਂ ਬਾਹਰ ਖੜਾ ਫੋਨ ਲਾ ਕੇ ਲੋਕਾਂ ਨੂੰ ਮੇਨੂੰ ਨਸ਼ਾ ਕਰਾ ਦੋ ਡੈਡੀ ਦੀ ਰੱਤ ਹੋ ਗਈ ਇੱਕ ਨਸ਼ੇ ਵਾਸਤੇ ਸਿੰਪਥੀ ਲੈ ਰਿਆ ਸੀਗਾ ਮੇਨੂੰ ਨਸ਼ਾ ਕਰਾ ਜੋ ਮੈਨੂੰ ਤੇ ਮੈਨੂੰ ਕੁਝ ਯਾਦ ਨਹੀਂ ਉਹ ਤਾਂ ਚਾਚਾ ਜੀ ਦੇ ਬੇਟੇ ਨੇ ਵੀਡੀਓ ਬਣਾਈ ਸੀ ਫੋਨ 'ਚ ਜੀ ਇਹਨੂੰ ਲੈ ਕੇ ਜਾਂਦੇ ਆ ਸ਼ਿਸ਼ਕਾਰਦੇ ਆ ਉਹੋ ਤੇ ਜ਼ਰੂਰ ਵੇਣਾ ਮੈਂ ਵੀ ਕਿੱਦਾਂ ਦੇ ਸੀਗੇ ਉਦੋਂ ਚਿਹਰਾ ਉਹਨਾਂ ਦਾ ਕਿਾ ਕੁਝ ਨਹੀਂ ਪਰ ਉਹ ਮੇਰੇ ਸਿੱਧਾ ਯਾਦ ਨਹੀਂਗਾ ਕੋਈ ਚੀਜ਼ ਤੇ ਜਦੋਂ ਫਿਰ ਮਾਂ ਆਖਦੀ ਸੀ ਮਾਂ ਰੋਂਦੀ ਆ ਜਾਂ ਭੈਣ ਨੇ ਕਦੇ ਭੈਣ ਵੀ ਰੋਂਦੀ ਹੋਣੀ ਆਣਾ ਤੇ ਵਾਈਫ ਕੋ ਰੋਂਦੀ ਹੋਣੀ ਆ ਕਿ ਪਵਿੱਤਰ ਸਿਆਣ ਛੱਡ ਦੇ ਤਾਂ ਕਦੇ ਤਾਂ ਦਿਲ ਹਲੂਣਿਆ ਗਿਆ ਹੋਣਾ ਬਾਈ ਕਿ ਕਦੇ ਨਸ਼ੇ ਦੇ ਵਿੱਚ ਦੇੜੀ ਪੱਥਰ ਇੰਨਾ ਹੋ ਗਿਆ ਸੀ ਕਿ ਕਦੇ ਕਦੇ ਸੋਚੇ ਨਹੀਂ ਆ ਛੱਡਣ ਦਾ ਜਾਂ ਮਾਪਿਆਂ ਨੂੰ ਕੋਈ ਮੰਨੇ ਨਹੀਂ ਕਿ ਯਾਰ ਛੱਡ ਯਾਰ ਜ਼ਿੰਦਗੀ ਨਹੀਂ ਮੇਰੀ ਇਹ ਮੇਰੀ ਜ਼ਿੰਦਗੀ ਆ ਨਸ਼ਾਈ ਆ ਉਹਦੋਂ ਨਾ ਬਾਈ ਐ ਹੋ ਗਿਆ ਸੀ ਵੀ ਬਸ ਜਿਵੇਂ ਆਪਾਂ ਕਹਿਦੇ ਨੇ ਵੀ ਮੌਤ ਮਿਥਲੀ ਸੀ ਵੀ ਯਾਰ ਮਰਨਾ ਹੀ ਆ। ਇਹ ਛੱਡਿਆ ਨਹੀਂ ਜਾਂਦਾ। ਹੂੰ ਇਹ ਹੀ ਹੁੰਦਾ ਏ ਦਿਮਾਗ 'ਚ ਵੀ ਤੁਹਾਨੂੰ ਦੱਸਿਆ ਵੀ ਨਸ਼ਾ ਕਰਕੇ ਜਰੂਰ ਆਂਦੇ ਛੱਡ ਦੀਏ ਛੱਡ ਦੀਏ। ਪਰ ਉਹ ਤੜਕੇ ਆਂ ਲੱਗਦਾ ਸੀ ਵੀ ਕੋਈ ਨਹੀਂ। ਅੱਜ ਦਾ ਦਿਨ ਕਰ ਲਈਏ। ਹੂੰ ਕੱਲ ਨੂੰ ਛੱਡਦੇ ਆਂਗੇ ਕੱਲ ਨੂੰ ਉਹ ਕੱਲ ਨਹੀਂ ਆਉਂਦਾ ਬਾਈ ਫਿਰ। ਤੇ ਬਸ ਮਾਂ ਮੰਮੀ ਨੇ ਕਈ ਵਾਰੀ ਕਹਿਣਾ ਵੀ ਮੇਣਾ ਵੀ ਮਰਨਾ ਈ ਤੂੰ ਤਾਂ ਉਹਦੇ ਪਿਆਉ ਨੂੰ ਖਾ ਗਿਆ। ਤੇ ਤੇਰੀ ਟੈਨਸ਼ਨ 'ਚ ਗਿਆ ਉਹ। ਵੀ ਤੂੰ ਹਟਿਆ ਨਹੀਂ ਹਜੇ ਵੀ। ਇਹ ਤਾਂ ਮੇਰੇ ਕੁੜੀ ਇੱਕ ਹੋਰ ਹੁੰਦੀ। ਹੂੰ ਪਰ ਨਹੀਂ ਉਹ ਤਾਂ ਦਿਮਾਗ 'ਚ ਨਹੀਂ ਕੋਈ ਉਹਨਾਂ ਦੀ ਗੱਲ ਜਾਂ ਦਿਲ ਤੇ ਨਹੀਂ ਲੱਗੀ ਕੋਈ ਗੱਲ ਉਹ ਸਿਰਫ ਇੱਕ ਹੀ ਦਿਮਾਗ 'ਚ ਸੀਗਾ ਵੀ ਨਿਸ਼ਾਹੀ ਕਰਨਾ ਬਸ ਪੈਸਿਆਂ ਦੀ ਮੰਗ ਵੀ ਰਿਸ਼ਤੇ ਰਿਸ਼ਤੇਦਾਰਾਂ ਤੋਂ ਹੁੰਦੀ ਹੋਣੀ ਆ ਫੋਨ ਫਾਨ ਕਰਕੇ ਐਦਾਂ ਦਾ ਵੀ ਹੁੰਦਾ ਕਿ ਜਿਵੇਂ ਅਸੀਂ ਮੁਲਾਕਾਤਾ ਕਰਦੇ ਆਖਦੇ ਆ ਬਾਈ ਸਾਡਾ ਫੋਨ ਚੱਕਰੋਂ ਹਟ ਜਿੰਦੇ ਪਤਾ ਹੁੰਦਾ ਜੇ ਫੋਨ ਕਰੂਗਾ ਵਗਾਰੀ ਪਾਉ ਕੋਈ ਨਾ ਕੋਈ ਨਹੀਂ ਅ ਥੋੜਾ ਜਾਇ ਇਹ 'ਚ ਸੀਗਾ ਵੀ ਕੋਈ ਇੱਕ ਅੱਧੇ ਜਾਂ ਇੱਕ ਦੋ ਰਿਸ਼ਤਿਆਂ ਤੋਂ ਇੱਕ ਦੋ ਵਾਰੀ ਮੰਗੇ ਹੋਣੇ ਹੂੰ ਵੀ ਬਾਹਲਾ ਨਹੀਂ ਮੈਂ ਵੀ ਜਿਵੇਂ ਅਕਸਰ ਵੀ ਪੈਸੇ ਦੀ ਤੁੰਤੰਗੀ ਰਹਿੰਦੀ ਹੈ ਕਿਉਂਕਿ ਪਹਿਲਾਂ ਤਾਂ ਥੋੜਾ ਜਿਹਾ ਲੀਡਰਾਂ ਵਾਲੇ ਪਾਸੇ ਸੀਗਾ ਕੰਮ ਹੂੰ ਮੁੰਡੇ ਲੈ ਕੇ ਜਾਣੇ ਰੈਲੀਆਂ ਤੇ ਉਦੋਂ ਉਹਨਾਂ ਨੇ ਪੈਸੇ ਦੇ ਦੇਨੇ ਫਿਰ ਕੋਈ ਆ ਗਲਤ ਕੰਮਾਂ 'ਚ ਕੋਈ ਮਾਰਕਟਾਈ ਜਾਂ ਕੋਈ ਕਬਜ਼ੇ ਲੈਣ ਜਾਵੜਨਾ ਉੱਥੋਂ ਪੈਸਿਆਂ ਦਾ ਓਵੇਂ ਚੱਲੀ ਜਾਂਦਾ ਸੀ ਸਿਸਟਮ ਹੂੰ ਆ ਮਗਰੂਆਂ ਕੇ ਥੋੜਾ ਜਿਹਾ ਹੋ ਗਏ ਰਿਸਦਾਰਾਂ ਵਾਲੇ ਪਾਸੇ ਵੀ ਲਾਸਟ ਸਾਲ ਜਿਹੜਾ 1 ਸਾਲ ਜਿਆਦਾ ਹੋ ਗਿਆ ਸੀ ਮੈਂ ਜਦੋਂ ਉਦੋਂ ਜ਼ਰੂਰ ਇੱਕ ਦੋ ਰਿਸਦਾਰਾਂ ਤੋਂ ਮੰਗੇ ਆ ਪਰ ਹੁੰਦਾ ਤਾਂ ਸੀਗਾ ਵੀ ਨਜ਼ਰਾਂ ਕਿਉਂਕਿ ਇੱਕ ਨਾ ਹੋਰ ਭਰਾ ਤੋਂ ਮੈਂ ਗੱਲ ਸੁਣੀ ਸੀ ਸਿੱਖਣ ਵਾਲੀ ਆ ਵੀ ਆਪਾਂ ਕਹਿੰਦੇ ਨੇ ਰਿਸ਼ਤੇਦਾਰ ਦੂਰ ਹੋ ਗਏ ਹੂੰ ਰਿਸ਼ਤੇਦਾਰ ਨਹੀਂ ਦੂਰ ਹੁੰਦੇ ਆਪਾਂ ਰਿਸ਼ਤੇਦਾਰਾਂ ਤੋਂ ਆਪਣੀ ਲੱਛਣਾ ਕਰਕੇ ਆਪਾਂ ਦੂਰ ਹੁੰਦੇ ਨੇ ਰਿਸ਼ਤੇਦਾਰ ਤਾਂ ਉੱਥੇ ਖੜੇ ਹੁੰਦੇ ਆ ਹੂੰ ਤੁਸੀਂ ਐਂ ਕਰੋ ਕੋਈ ਚੱਜ ਦਾ ਸਵਾਲ ਆਪਾਂ ਪਾ ਦਈਏ ਰਿਸ਼ਤਦਾਰ ਨੂੰ ਉਦੋਂ ਭੱਜਿਆ ਆਊਗਾ ਹੂੰ ਪਰ ਜਦੋਂ ਆਪਾਂ ਗਲਤ ਆ ਹੂੰ ਭਾਵੇਂ ਆਪਾਂ ਸਹੀ ਹਾਸਤੇ ਸਵਾਲ ਪਾ ਗਏ ਉਹਨਾਂ ਨੇ ਤਾਂ ਉਹੀ ਸੋਚਣਾ ਵੀ ਇਹ ਨਸ਼ੇ ਆਸਤੇ ਮੰਗਦਾ ਜਾਂ ਕੋਈ ਹੋਰ ਗਲਤੀ ਆਪਣੇ ਚ ਵੀ ਇਹ ਇਸ ਗਲਤੀ ਕਰਕੇ ਆ ਹੂੰ ਰਿਸਦਾਰ ਉੱਥੇ ਖੜਾ ਹੁੰਦਾ ਵੀ ਆਪਾਂ ਚੰਗੇ ਆ ਫਿਰ ਆਪਣੀ ਕੰਮ ਆਊਗਾ ਅੱਛਾ ਇਹ 13-14 ਸਾਲਾਂ ਦੇ ਵਕਫੇ ਦੇ ਵਿੱਚ ਚਲੋ ਠੀਕ ਆ 20 ਦੇ ਵਿੱਚ ਤਾਂ ਤੁਸੀਂ ਜਮਾ ਛੱਡਣ ਦਾ ਪ੍ਰਣ ਕੀਤਾ ਕਿ ਛੇ ਤਾਂ ਹੁਣ ਕਦੀਨ ਹੋ ਇਹ ਵੀ ਚੀਜ਼ ਹੁੰਦੀ ਆ ਕਿ ਨਸ਼ੇ ਵਾਲਾ ਬੰਦਾ ਹੁੰਦਾ ਜਦੋਂ ਕਿ ਯਾਰ ਮਹੀਨਾ ਕਿ ਛੱਡਦਾ ਫੇਰ ਲੱਗ ਗਿਆ 2 ਕਿ ਮਹੀਨੇ ਛੱਡਦਾ ਫੇਰ ਲੱਗ ਗਿਆ ਇਹ ਵੀ ਹੋਇਆ ਹਾਂਜੀ ਇਹ 2-3 ਵਾਰ ਹੀ ਹੋਇਆ ਵੀ ਇੱਕ ਵਾਰ ਇਧਰੋਂ ਦਵਾਈ ਚਾਚਾ ਇਹਨੂੰ ਉਹਦੇ ਮੈਂ ਕਿਹਾ ਸੀ ਮੈਂ ਛੱਡਣਾ ਤੇ ਦਵਾਈ ਦਵਾ ਲਏ ਮਹੀਨਾਕ ਵੀ ਖਾਧੀ ਹੋਣੀ ਦਵਾਈ ਮੈਂ ਮੈਂ ਕਹਿੰਦਾ ਨਹੀਂ ਮੈਂ ਸਹੀ ਆ ਹੁਣ ਠੀਕ ਆ ਉਹ ਇੱਕ ਦੋ ਦਿਨ ਜਮਾ ਸਹੀ ਰਿਹਾ ਤੀਜੇ ਦਿਨ ਫੇਰ ਉਹੀ ਹਾਲ ਵੀ ਮਹੀਨਾ ਛੜਦਾ ਕਦੇ 2 ਮਹੀਨੇ ਛੜਦਾ 2 3 ਅਰੀ ਕੀਤਾ ਪਰ ਫੇਰ ਉਸੇ ਪਾਸੇ ਵੀ ਕਿਉਂਕਿ ਜਿਹੜੀ ਉਹ ਥੋੜੀ ਜਿਹੜੀ ਦਵਾਈ ਵੀ ਦਿੰਦੇ ਸੀ ਨਾ ਜਿਵੇਂ ਆਪਾਂ ਅੱਜ ਕੱਲ ਦਿੰਦੇ ਆ ਸਰਕਾਰੀ ਹਸਪਤਾਲ ਚ ਮਿਲਦੀ ਜੀ ਵਾਲੀ ਜੀ ਨੂੰ ਕਹ ਦਿੰਦੇ ਆ ਬਿਲਕੁਲ ਜਾਂ ਟ੍ਰੈਮਾ ਡੋਲ ਵਗੈਰਾ ਦਿੰਦੇ ਆ ਇਹ ਇੱਕ ਇਹਨਾਂ ਨੇ ਬਿਜ਼ਨਸ ਬਣਾ ਲਿਆ ਵੀ ਛੜਾ ਇਹਦੇ ਨਾਲ ਤਾਂ ਇਦੋਂ ਤਾਂ ਜਿਵੇਂ ਇੱਕ ਡਾਕਟਰ ਨੇ ਮੈਨੂੰ ਇਹ ਗੱਲ ਪੁੱਛੋ ਉਹ ਇਧਰੋਂ ਫੋਨ ਆਇਆ ਮੈਨੂੰ ਹੁਣ ਇੰਟਰਵਿਊ ਤੋਂ ਬਾਅਦ ਜੀ ਕਹਿੰਦਾ ਵੀ ਇਹ ਚੀਜ਼ ਏਦੂ ਨਾਲ ਤਾਂ ਵੀ ਉਹਨਾਂ ਨੂੰ ਕਹਦੂ ਸੀ ਚਿੱਟਾ ਹੀ ਲਾ ਲਓ ਵੀ ਐਡੀ ਘਾਤ ਕਹੇ ਗੋਲੀ ਹੂੰ ਵੀ ਬਹੁਤ ਮਾੜੀ ਆ ਕਿਉਂਕਿ ਉਹ ਨਸ਼ੇ ਨਾਲ ਮੈਂ ਜੁੜੇ ਹੀ ਰਿਹਾ ਉਹ ਚੀਜ਼ ਨਾਲ ਅੱਛਾ ਜੀ ਵੀ ਦਵਾਈ ਲਈ ਪਰ ਉਹ ਨਸ਼ਾ ਹੀ ਸੀ ਉਹ ਵੀ ਟੁੱਟੇ ਨਹੀਂ ਟੁੱਟਿਆ ਨਹੀਂਗਾ ਜਿੰਦ ਤਰ ਉਹ ਲਿੰਕ ਨਹੀਂ ਟੁੱਟਦਾ ਬੰਦਾ ਛੱਡਦਾ ਨਹੀਂ ਜਿਵੇਂ ਆਪਾਂ ਕਈ ਵਾਰੀ ਅਕਸਰ ਕਹਿੰਦੇ ਯਾਰ ਤੂੰ ਦਾਰੂ ਪੀਲਾ ਤੂੰ ਫੀਮ ਖਾਲਾ ਚਿੱਟਾ ਛੱਡ ਖਾਣ ਲੱਗ ਜੂਗਾ ਦਾਰੂ ਪੀਣ ਲੱਗ ਜੂ ਪਰ ਕਿੰਨੇ ਕ ਦਿਨ ਉਹ ਲਿੰਕ ਤਾਂ ਜੁੜਿਆ ਰਹਿੰਦਾ ਨਸ਼ੇ ਨਾਲ ਤੇ ਫਿਰ ਉਹ ਫਿਰ ਉਸ ਪਾਸੇ ਜਾਉਗੇ ਜਾਊਗਾ ਜੀ